ਤੇ ਹਾਂਜੀ ਮਿੱਤਰੋ ਪਹਿਲਾਂ ਲਿਖਦੇ ਆਪਾਂ ਏ ਬੀ ਸੀ, ਠੀਕ ਆ। ਏ ਆਊਟ ਹੋ ਗਿਆ ਜੇ, ਚੱਲ ਇੱਕ ਵਾਰੀ ਤੇ ਆਊਟ ਹੋ ਗਿਆ ਜੇ ਮਿੱਤਰੋ, ਠੀਕ ਆ। ਚੱਲ ਰਘੂ ਤੇਰੀ ਵਾਰੀ, ਤੂੰ ਜੇ ਤੋ ਚੱਲ ਵਾਏ ਤੇ ਯਾਰ ਹੋਣੇ ਵੀ ਠੀਕ ਆ ਮਿੱਤਰੋ। ਅੱਜ ਮਿੱਤਰੋ ਆਪਾਂ ਖੇਲਣ ਜਾ ਰਹੇ ਹਾਂ ਯਾਰ ਇੱਕ ਗੇਮ। ਪਹਿਲਾਂ ਯਾਰ ਤੁਹਾਨੂੰ ਗੇਮ ਸਮਝਾ ਦਈਏ, ਤੇ ਗੇਮ ਮਿੱਤਰੋ ਆਇਆ ਆਪਾਂ ਏ ਬੀ ਸੀ ਡੀ ਜੈਡ ਤੱਕ ਲਿਖਣੀ ਆ, ਠੀਕ ਆ। ਤੇ ਪੈਨ ਆਪਣੇ ਕੋਲ ਦੋ ਤੇ ਤਿੰਨ ਬੰਦੇ ਆਪਾਂ, ਠੀਕ ਆ। ਇਹਨਾਂ ਸਾਰਿਆਂ ਨੂੰ ਪੈਨ ਫੜਾ ਦੇਣੇ ਆਪਾਂ, ਠੀਕ ਆ। ਇੱਕ ਨੂੰ ਕਹਿਣਾ ਏ ਤੋਂ ਲੈ ਕੇ ਜੈਡ ਤੱਕ ਕਰ, ਬੀ ਤੱਕ ਕਰ, ਠੀਕ ਆ। ਲਾਈਨ ਵੋਣੀਆਂ ਵਾ, ਤੇ ਜਿਹਦੀ ਲਾਈਨ ਨਾਲ ਲਾਈਨ ਟੱਚ ਹੋ ਗਈ ਆਪਾਂ ਉਹਨੂੰ ਬਰੀਕ ਬਰੀਕ ਕਰਨਾ ਵਾ, ਠੀਕ ਆ। ਆਪਾਂ ਮਿੱਤਰੋ ਉਹਨੂੰ ਫਸਾਉਣਾ ਵਾ ਕਿ ਉਹਦੀ ਲਾਈਨ ਨਾਲ ਲਾਈਨ ਟਕਰਾ ਜੇ, ਠੀਕ ਆ, ਤੇ ਉਹਨੇ ਆਊਟ ਹੋ ਜਾਣਾ, ਠੀਕ ਆ, ਅੱਜ ਦੀ ਆਹ ਗੇਮ ਜੇ। ਤੇ ਹਾਂਜੀ ਮਿੱਤਰੋ, ਬਲੋਨ ਨੂੰ ਕਰਦੇ ਹਾਂ ਸਟਾਰਟ। ਜਿਹੜੇ ਚੈਨਲ 'ਤੇ ਨਿਊ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜਿਹਨੇ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਨਹੀਂ ਕੀਤਾ ਫੋਲੋ ਜ਼ਰੂਰ ਕਰ ਲਓ, ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜੂਗਾ, ਤੇ ਵਲੋਗ ਨੂੰ ਹੁਣ ਕਰਦੇ ਹਾਂ ਸਟਾਰਟ। ਤੇ ਹਾਂਜੀ ਮਿੱਤਰੋ, ਪਹਿਲਾਂ ਲਿਖਦੇ ਆਪਾਂ ਏ ਬੀ ਸੀ, ਠੀਕ ਆ। ਏ ਜੈਡ, ਠੀਕ ਹੈ ਮਿੱਤਰੋ, ਏ ਬੀ ਸੀ ਲਿਖਤੀ ਆ, ਠੀਕ ਜੀ। ਅਤੇ ਹੁਣ ਸਟਾਰਟ ਕਰਦੇ ਹਾਂ ਗੇਮ ਨੂੰ। ਲਾਗੇ ਲਾਗੇ ਮਿੱਤਰੋ ਮੈਂ ਤਾਂ ਲਿਖੀ ਹੈ, ਜਲਦੀ ਆਪਾਂ ਆਊਟ ਕਰਾਵਾਂਗੇ ਇਹਨਾਂ ਨੂੰ, ਠੀਕ ਆ। ਆਪਾਂ ਇੱਦਾਂ ਦਾ ਇਹਨਾਂ ਨੂੰ ਦੇਣਾ ਟਾਸਕ ਜਿਹੜਾ ਇਹਨਾਂ ਕੋਲ ਕੰਪਲੀਟ ਨਾ ਹੋਵੇ, ਕਿਉਂ ਤੋਂ ਲੈ ਗਏ ਹਾਂ ਬੀ ਅਤੇ ਫਿਰ ਸੀ ਅਤੇ ਫਿਰ ਐੱਲ ਅਤੇ ਫਿਰ, ਠੀਕ ਆ, ਆਹ ਗੇਮ ਜੇ। ਅਤੇ ਚਲੋ ਸਟਾਰਟ ਕਰਦੇ ਹਾਂ। ਚੱਲ ਪਹਿਲਾਂ ਰਘੂ ਦੀ ਬੇਟੀ, ਚੱਲ ਰਘੂ ਮੈਂ ਦੱਸੂਗਾ। ਚੱਲ ਏ ਤੋਂ ਲੈ ਕੇ ਰਘੂ ਜਾ, ਤੂੰ ਆਰ 'ਤੇ, ਆਰ 'ਤੇ ਜਾ, ਟੱਚ ਨਾ ਹੋਵੇ ਕੋਈ ਨਾਲ ਵੀ, ਠੀਕ ਆ। ਚੱਲ ਅੰਸ਼, ਅੰਸ਼ ਤੂੰ ਆਰ ਤੋਂ ਜਾ ਪੀ 'ਤੇ, ਪੀ 'ਤੇ, ਹਾਂ ਆਰ ਤੋਂ ਪੀ 'ਤੇ ਜਾਊਗਾ, ਠੀਕ ਆ। ਲੈ ਇੱਧਰ ਕੁਮਾਰ ਚੱਲ ਜਾਣਾ ਕੌਣ, ਚੱਲ ਹੁਣ ਮੈਂ, ਮੈਨੂੰ ਦੱਸੋ ਤੂੰ ਜਾ ਐਮ 'ਤੇ, ਐਮ 'ਤੇ, ਐਮ ਕਿੱਥੇ ਆ, ਐਮ ਆਈ ਆਈ ਐਮ ਆਈ ਐਮ ਜੀ ਐਮ, ਚਲੋ ਹੁਣ ਮੈਂ ਕਿੱਥੇ ਜਾਵਾਂ, ਹੁਣ ਤੂੰ ਜਾ ਕੇ 'ਤੇ, ਜਾ ਕੇ 'ਤੇ, ਬੁਰਾ ਕੰਮ ਔਖਾ ਹੋਣਾ ਜੇ। ਚਲੋ ਹੁਣ ਮੈਨੂੰ ਦੱਸੋ ਰਘੂ ਮਿੱਤਰ ਹਾਰ ਲੱਗਾ ਜੇ, ਜਾਣਾ ਜਿੱਧਰੋਂ ਵੀ, ਵੇਖੋ ਕਿੱਧਰ ਜਾਣਾ, ਕਿੱਧਰ ਵਰ ਗਿਆ ਜੇ, ਵੇਖੋ ਆਊਟ ਹੋ ਗਿਆ ਜੇ। ਚੱਲ ਇੱਕ ਵਾਰੀ ਤੇ ਆਊਟ ਹੋ ਗਿਆ ਜੇ ਮਿੱਤਰੋ, ਠੀਕ ਆ, ਆਊਟ ਹੋ ਗਿਆ ਰਘੂ, ਆਏ ਹਾਏ ਆਊਟ ਹੋ ਗਿਆ ਇੱਕ ਵਾਰੀ। ਹਾਂਜੀ ਮਿੱਤਰੋ, ਤਿੰਨ ਮੈਚ ਲਾਉਣੇ ਆ, ਠੀਕ ਆ, ਅਤੇ ਵੇਖਦੇ ਕੌਣ ਕੌਣ ਹਾਰਦਾ ਵਾ, ਠੀਕ ਆ। ਇੱਕ ਵਾਰੀ ਤਾਂ ਆਹ ਹਾਰ ਗਿਆ ਜੇ, ਆਏ ਹਾਏ, ਵੇਖਿਆ ਆਪਾਂ ਕਿੱਦਾਂ ਤੈਨੂੰ ਫਸਾਇਆ ਜੰਗਲ 'ਚ, ਵੇਖ ਲਾ ਕਹਿੰਦਾ ਹੋਏ ਕਿੰਨੇ ਸਾਰੇ ਬੱਚੇ ਸੀ, ਵੇਲਾ ਨੂੰ ਪਹਿਲਾਂ ਹੀ ਫਸਾ ਤਾ। ਫਿਰ ਮਿੱਤਰੋ ਏ ਬੀ ਸੀ ਲਿਖਦੇ ਆ, ਠੀਕ ਆ। ਅਤੇ ਹਾਂਜੀ ਮਿੱਤਰੋ, ਏ ਬੀ ਸੀ ਲਿਖ ਲਈਏ, ਠੀਕ ਆ, ਅਤੇ ਵਾੜੀ ਪਹਿਲਾਂ ਅੰਸ਼ ਦੀ। ਚੱਲ ਅੰਸ਼, ਤੂੰ ਏ ਤੋਂ ਲੈ ਕੇ ਏ 'ਤੇ ਚੱਲ, ਤੂੰ ਜੇ 'ਤੇ, ਜੇ 'ਤੇ ਚੱਲ। ਆਪਾਂ ਨਹੀਂ ਹਾਰਨਾ, ਆਪਾਂ ਦੂਜਿਆਂ ਨੂੰ ਹਰਾਉਣਾ ਵਾ,
ਜੇ ਤੇ ਚੱਲ, ਇਹ ਚੱਲ ਚੱਲ ਰਘੂ ਤੇਰੀ ਵਾੜੀ, ਤੂੰ ਜੇ ਤੋਂ ਚੱਲ ਬਾਏ ਤੇ ਆ ਗੰਦਾ ਜਾਣ ਦੇ ਬਾਏ ਤੇ। ਹੁਣ ਮੈਂ ਦੱਸ ਕਿੱਥੇ ਜਾਵਾਂ, ਤੂੰ ਜਾ ਸੀ ਤੇ, ਸੀ ਤੇ ਜਾ, ਸੀ ਤੇ ਚਲੋ ਜੀ ਚਲੋ। ਹੁਣ ਅੰਸ਼, ਅੰਸ਼ ਤੂੰ ਸੀ ਤੇ ਚੱਲ ਡਬਲਯੂ ਤੇ, ਚੱਲ ਡਬਲਯੂ ਤੇ ਚੱਲ। ਹਾਂ ਲੈ ਕਿੱਥੋਂ ਘੁਮਾ ਕੇ ਗਿਆ ਡਬਲਯੂ ਤੇ, ਚੱਲ ਚੱਲ ਰਘੂ, ਰਘੂ ਉਸਤਾਦ ਤੂੰ ਡਬਲਯੂ ਤੇ ਚੱਲ ਐਫ ਤੇ, ਚੱਲ ਹੁਣ ਮੈਨੂੰ ਤੂੰ ਸਮਾਂ ਕਿੱਥੇ ਜਾਵਾਂ, ਤੂੰ ਜਾ ਐਚ ਤੇ, ਐਚ ਕਿੱਥੇ ਆ ਫਸ ਗਿਆ ਸੀ ਮੈਂ, ਚਲੋ ਐਚ ਠੀਕ ਆ ਤੇ ਹੁਣ ਇਹਨੂੰ ਫਸਾਈ ਆਪਾਂ, ਤੂੰ ਚੱਲ ਅੰਸ਼ ਜੂ ਤੇ, ਜੂ ਤੇ ਚੁੱਪ ਰਹਿ, ਫਸ ਗਿਆ ਹੁਣ ਕਹਿੰਦੇ ਜਾਊਗਾ ਉਹ ਮਾੜੀ ਚੀਜ਼ ਆ ਗਈ, ਇੱਥੇ ਵੇਖੀ ਆਊਟ ਨਾ ਰਘੂ, ਵੇਖੀ ਧਿਆਨ ਨਾਲ ਉਹ ਲੱਗ ਗਈ ਇੱਥੇ, ਲੱਗ ਗਈ ਬਾਹਰ ਵੀ ਆਉਣਾ ਵਾ, ਬਾਹਰ ਵਾਲੀ ਚ ਮਰ ਗਿਆ ਵੇਖੋ ਤੁਸੀਂ ਵੇਖ ਲਾ ਜੇ ਨਿਕਲ ਦੀ ਤੇ ਵੇਖ ਲਾ ਕਰਕੇ ਜੇ ਆਊਟ ਹੋ ਗਿਆ, ਆਊਟ ਹੋ ਗਿਆ ਜਾਂਦੇ ਯਾਰ ਇਹਨੂੰ, ਚੱਲ ਚੱਲ ਬਸ ਬਸ ਵੀਰ ਬਸ ਆਊਟ ਹੋ ਗਿਆ, ਲੱਗ ਗਈ ਐਫ ਤੇ, ਉਹ ਵੀ ਅੰਦਰ ਵੀ ਲੱਗ ਗਈ, ਆਪ ਵੀ ਪਸੰਦ ਹੈ ਆਪਣੇ ਆਪ ਨੂੰ ਹਮੇਸ਼ਾ, ਦੋ ਵਾਰੀ ਮਿੱਤਰੋ ਆਊਟ ਹੋ ਗਿਆ ਜੀ ਇਹ, ਹੁਣ ਤੀਜੀ ਵਾਰੀ ਲਾਉਂਦੇ ਹਾਂ ਹੁਣ ਵੇਖਦੇ ਕੌਣ ਆਊਟ ਹੁੰਦਾ, ਅਤੇ ਹਾਂਜੀ ਮਿੱਤਰੋ ਆਪਾਂ ਇੱਕ ਇੱਕ ਵਾਰੀ ਵੀ ਨਹੀਂ ਹਾਰੇ ਅਤੇ ਆਹ ਦੋ ਵਾਰੀ ਹਾਰ ਗਿਆ ਮੁੰਡਾ, ਚਲੋ ਏ ਬੀ ਸੀ ਲਿਖਦੇ ਹੁਣ ਫਿਰ, ਅਤੇ ਹਾਂਜੀ ਮਿੱਤਰੋ ਏ ਬੀ ਸੀ ਲਿਖ ਲਈਏ ਠੀਕ ਹੈ, ਅਤੇ ਪਹਿਲੀ ਵਾਰੀ ਆ ਹੁਣ ਮੇਰੀ ਠੀਕ ਜੇ, ਅਤੇ ਮੈਨੂੰ ਅਤੇ ਮੈਨੂੰ ਦੱਸੋ ਮੈਂ ਕਿੱਥੇ ਜਾਵਾਂ, ਜੜ ਦੇ ਬਖਸ਼ਣਾ ਈ ਜੇ, ਚਲੋ ਰਘੂ ਜੀ ਹੁਣ ਆ ਜਾਓ, ਰਘੂ ਤੁਸੀਂ ਚੱਲੋ ਵੀ ਤੇ, ਉੱਥੋਂ ਚੱਲ ਭਰਾ ਕੀ ਹੋਇਆ ਜੀ ਵੀ ਤੇ, ਲੱਗ ਗਈ
ਕਿੱਥੇ ਲੱਗੀ? ਧਿਆਨ ਨਾਲ ਵੇਖੀ ਪਰੇ ਵੇਲਾ ਲੱਗੀ ਨਾ, ਬਚਾਇਆ ਬਚਾਇਆ ਮਿੱਤਰੋ। ਹੁਣ ਤੂੰ ਆਪਣਾ ਹਿਸਾਬ ਲਾ ਲਈ ਰਘੂ ਭਾਜੀ, ਅਬ ਜਿੱਤ ਸ਼ੋਰ ਹਾਰ ਲੋ ਰਘੂ ਭਾਜੀ। ਮੈਂ ਸਿਧਾਰਥ ਨੂੰ ਪਸੰਦ, ਚੱਲ ਸਿਧਾਰਥ ਬੀ ਤੇ ਚੱਲ ਬੀ ਤੇ। ਓ ਬੱਲੇ ਥੈਂਕ ਯੂ ਬ੍ਰੋ, ਆਪਾਂ ਤੇ ਫੇਰ ਇੰਨੇ ਰਘੂ ਨੇ ਮੈਨੂੰ ਬੜਾ ਫਸਾਉਣ ਦੀ ਕੋਸ਼ਿਸ਼ ਕੀਤੀ ਬੀ ਤੇ। ਚੱਲ ਰਘੂ, ਰਘੂ ਨੂੰ ਕੀ ਐਲ ਰਘੂ ਤੂੰ ਚੱਲ ਐਲ ਦੇ। ਓਏ ਆ ਕਿੱਥੇ ਫੇਰ ਤਈ? ਚੱਲ ਹੋ ਗਈ ਜਗਾ ਤੇ ਤੂੰ ਵੀ ਰਮਾਰ ਮਾਰਨ ਜਾਣ ਆ ਕਰਕੇ ਹੌਲੀ ਹੌਲੀ ਵੇਖ। ਆਪੇ ਲਾਈਨਾਂ ਖਿੱਚਣ ਦੇ ਉੱਚੀਆਂ, ਕਿੱਥੇ ਜਾਵਾਂ? ਐਲ ਦੇ ਠੀਕ ਹੈ, ਪਿੱਛੇ ਜਾਵੇ ਜਾ ਤਿੰਨ ਵਾਰੀ ਹਾਰ ਗਿਆ ਜੇ ਤਿੰਨ ਵਾਰੀ ਮੁੰਡਾ ਹਾਰ ਗਿਆ ਜੇ ਮਿੱਤਰੋ, ਠੀਕ ਆ ਤੇ ਵੇਖ ਲਓ ਯਾਰ ਤਿੰਨ ਵਾਰੀ ਹਾਰ ਗਿਆ ਜੀ। ਆਏ ਹਾਏ। ਤੇ ਹਾਂਜੀ ਮਿੱਤਰੋ, ਗੇਮ ਖੇਲ ਕੇ ਯਾਰ ਪੂਰਾ ਮਜ਼ਾ ਆਇਆ ਯਾਰ, ਠੀਕ ਹੈ। ਤੇ ਵਲੋਗ ਨੂੰ ਕਰਦੇ ਐਂਡ, ਜੇ ਵਲੋਗ ਵਧੀਆ ਲੱਗਿਆ ਹੋਵੇ ਤੇ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮਿਲਦੇ ਹਾਂ ਅਗਲੇ ਵਲੋਗ 'ਚ, ਬਾਏ, ਟੇਕ ਕੇਅਰ।